ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਆਪਾਂ ਇਹਨਾਂ ਬਾਰੇ ਦੋ ਚਾਰ ਗੱਲਾਂ ਕਰਾਂਗੇ। ਵੀ ਸਾਰਿਆਂ ਨੂੰ ਹੀ ਪਤਾ ਗਾ ਸ਼ਹੀਦੀ ਦਿਹਾੜੇ ਹੁਣ ਚੱਲ ਰਹੇ ਨੇਗੇ। ਦੇਖੋ ਕਿੱਡੀਆਂ ਕਿੱਡੀਆਂ ਉਹਨਾਂ ਨੇ ਆਪਣੇ ਵਾਸਤੇ ਸ਼ਹੀਦੀਆਂ ਪਾਈਆਂ, ਕਿੱਡੇ ਕਿੱਡੇ ਦਸੀਹੇ ਝੱਲੇ, ਬੱਚਿਆਂ ਨੇ ਵੀ ਝੱਲੇ, ਮਾਤਾ ਪਿਤਾ ਨੇ ਵੀ ਝੱਲੇ, ਉਹਨਾਂ ਦੇ ਦਾਦੀ ਨੇ ਵੀ ਝੱਲੇ, ਦੋ ਦਾ ਬੱਚੇ ਦੇਖੋ ਆਪਦੇ ਉਹਨਾਂ ਨੇ ਕਿਵੇਂ ਜੰਗ ਵਿੱਚ ਤੋਰੇ। ਗੁਰੂ ਜੀ ਨੇ ਇਕੱਲੇ ਇਕੱਲੇ ਸ਼ਿੰਗਾਰ ਕੇ ਭੇਜੇ, ਮੱਥੇ ਚੁੰਮ ਕੇ ਭੇਜੇ, ਕਹਿੰਦੇ ਜਾਓ ਸ਼ਹੀਦੀਆਂ ਪਾਓ ਆਪਣੇ ਖਾਤਰ। ਕਿੱਡੀਆਂ ਕਿੱਡੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ। ਪਰ ਮੈਂ ਸਾਰੀਆਂ ਮਾਵਾਂ ਨੂੰ ਐਂ ਬੇਨਤੀ ਕਰਦੀ ਹਾਂ, ਆਪਦੇ ਬੱਚਿਆਂ ਨੂੰ ਸ਼ੁਰੂ ਤੋਂ ਸਮਝਾ ਕੇ ਰੱਖਿਆ ਕਰੋ, ਸ਼ੁਰੂ ਤੋਂ ਸਮਝਾਓ ਉਹਨਾਂ ਨੂੰ, ਹਰ ਇੱਕ ਗੁਰੂਆਂ ਦੇ ਦਰਸ਼ਨ ਕਰਾ ਕੇ ਲਿਆਓ। ਜਿਵੇਂ ਸ਼ਹੀਦੀ ਦਿਹਾੜੇ ਨੇ ਉੱਥੇ ਇਕੱਲੀ ਇਕੱਲੀ ਚੀਜ਼ ਉਹਨਾਂ ਨੂੰ ਦੱਸੋ ਵੀ ਇੱਥੇ ਬੇਟਾ ਆਹ ਹੋਇਆ ਸੀ, ਇੱਥੇ ਆਹ ਸ਼ਹੀਦੀਆਂ ਪਾਈਆਂ ਇਹਨਾਂ ਨੇ, ਇੱਥੇ ਆਹ ਸ਼ਹੀਦੀਆਂ ਪਾਈਆਂ, ਹਰ ਇੱਕ ਚੀਜ਼ ਉਹਨਾਂ ਨੂੰ ਦਿਖਾਓ। ਉੱਥੇ ਜਾ ਕੇ ਦਿਖਾ ਕੇ ਫਿਰ ਦੇਖੋ ਉਹਨਾਂ ਨੂੰ ਨਸ਼ੇ ਤੋਂ ਵੀ ਤੁਸੀਂ ਕਹੋ, ਮਾਵਾਂ ਦਾ ਬਹੁਤ ਵੱਡਾ ਰੋਲ ਹੁੰਦਾ, ਬੱਚੇ ਨੂੰ ਨਸ਼ੇ ਤੋਂ ਬਿਲਕੁਲ ਰਹਿਤ ਰੱਖੋ, ਕੂਲ ਰੱਖੋ ਬੱਚੇ ਨੂੰ। ਜੇ ਉਹ ਨਸ਼ੇ ਤੋਂ ਰਹਿਤ ਤੀ, ਗੁਰੂ ਜੀ ਦੇਖੋ ਕਿੱਥੇ ਕਿੱਥੇ ਤੱਕ ਆਪਣੇ ਵਾਸਤੇ ਕੁਰਬਾਨੀਆਂ ਕਰਕੇ ਗਏ। ਆਪਦੇ ਦੇਖੋ ਚਾਰੇ ਪੁੱਤਰ ਉਹਨਾਂ ਨੇ ਕਿਵੇਂ ਵਾਰੇ, ਦਾਦੀ ਨੇ ਦੇਖੋ ਕਿਵੇਂ ਗੋਡੇ ਨਾਲ, ਜਦੋਂ ਜਾਲਮਨ ਸਰਕਾਰ ਨੇ ਉੱਥੇ ਦਿੱਤੇ ਉਹਨਾਂ ਨੂੰ ਦਸੀਹੇ, ਸਾਰੀ ਰਾਤ ਦੇਖੋ ਉਹਦੇ ਵਿੱਚ ਕੁਟੀਆ 'ਚ ਰੱਖੇ, ਉਹਨਾਂ ਦੇ ਨਾ ਕੋਈ ਕੱਪੜਾ ਨਾ ਉਹਨਾਂ ਨੂੰ ਖਾਣ ਨੂੰ, ਪਰ ਉਹਨਾਂ ਨੇ ਦੇਖੋ ਆਪਣੇ ਵਾਸਤੇ ਕੋਈ ਵੀ ਸੂਲ ਉਹਨਾਂ ਨੇ ਛੱਡਿਆ ਨਹੀਂ। ਕਹਿੰਦੇ ਵੀ ਸਿੱਖੀ ਤਾਂ ਸਿੱਖੀ ਹੀ ਰਹੂਗੀ ਸਾਡੇ ਕੋਲ। ਬਹੁਤ ਦੇਖੋ ਉਹਨਾਂ ਨੂੰ ਬਾਹਰ ਵੀ ਭੀੜਾ ਰੱਖਿਆ ਉਹਨਾਂ ਨੇ, ਵੀ ਜੇ ਬਾਹਰ ਵਿੱਚ ਦੀ ਨਾ ਲੰਘਣਗੇ। ਉਹਨਾਂ ਨੇ ਫਿਰ ਵੀ ਦੇਖੋ ਆਪਦੀ ਜੁੱਤੀ ਮੂਹਰੇ ਰੱਖੀ, ਆਪਦਾ ਪਿੱਛਾ ਕਰਕੇ ਮਗਰ ਰੱਖਿਆ ਉਹਨਾਂ ਨੇ, ਜੁੱਤੀ ਫਿਰ ਵੀ ਮੂਹਰੇ ਰੱਖੀ। ਉਹਨਾਂ ਨੂੰ ਐਂ ਤੀ ਵੀ ਸਾਡੇ ਮੂਹਰੇ ਸਿਰ ਝੁਕਾਉਣਗੇ, ਪਰ ਉਹ ਲਾਲਾ ਨੇ ਦੇਖੋ ਸਿਰ ਨਹੀਂ ਝੁਕਾਇਆ ਉਹਨਾਂ ਦੇ ਮੂਹਰੇ, ਜਾਲਮਾ ਮੂਹਰੇ। ਫਿਰ ਦੇਖੋ ਵਿਚਾਰੇ ਗੰਗੂ ਮੇ ਉਹਨੇ ਕਿਵੇਂ ਉਹ ਕਰਿਆ, ਉਹਨਾਂ ਨੂੰ ਦਸੀਹੇ ਦਵਾਏ, ਕਿਵੇਂ ਲਾਲਚ 'ਚ ਆਏ, ਉਹ ਵੀ ਦੇਖੋ ਉਹਨਾਂ ਨੇ ਬੀਤੀਆਂ ਉਹਨਾਂ ਨਾਲ ਵਿਚਾਰਿਆਂ ਨਾਲ। ਧੰਨ ਦੇਖੋ ਉਹਨਾਂ ਦਾ ਜਿਨ੍ਹਾਂ ਨੇ ਉਹਨਾਂ ਦੀ ਰਾਖੀ ਵੀ ਕਰੀ, ਸ਼ੇਰ ਦੇਖੋ ਸਾਰੀ ਰਾਤ ਉਹਨਾਂ ਦੇ ਕੋਲ ਰਾਖੀ 'ਤੇ ਬੈਠੇ ਰਹੇ। ਕਿੱਥੇ ਆਏ ਸੀ ਮੁਗਲਾਂ ਨੂੰ ਵੀ ਇਹ ਸ਼ੇਰ ਤਾਂ ਇਹਨਾਂ ਨੂੰ ਖਾ ਜਾਣਗੇ ਛੱਡ ਕੇ ਵਾਗੇ, ਪਰ ਉਹ ਸ਼ੇਰਾਂ ਨੇ ਉਹ ਖਾਧੇ ਨਹੀਂ ਬੱਚੇ ਗੁਰੂ ਦੇ ਲਾਲ। ਉਹ ਸਾਰੀ ਰਾਤ ਦੇਖੋ ਰਾਖੀ 'ਤੇ ਬੈਠੇ ਰਹੇ ਉਹਨਾਂ ਦੇ ਉੱਤੇ। ਫਿਰ ਕਹੇ ਦੇਖੋ ਆਪਾਂ ਨੂੰ ਸੰਸਕਾਰ ਕਰਨ ਨੂੰ ਵੀ ਉਹਨਾਂ ਨੇ ਜਗ੍ਹਾ ਨਾ ਦਿੱਤੀ। ਅਸਲ ਦਾ ਇਤਿਹਾਸ ਦਾ ਦੇਖੋ ਸਾਰਿਆਂ ਨੂੰ ਪਤਾ, ਪਰ ਮੈਂ ਇਹ ਮਾਵਾਂ ਨੂੰ ਸਾਰੀਆਂ ਭੈਣਾਂ ਨੂੰ ਬੇਨਤੀ ਇਹੀ ਕਰਦੀ ਹਾਂ ਵੀ ਆਪਦੇ ਬੱਚਿਆਂ ਨੂੰ ਉੱਥੇ ਜਾ ਕੇ ਜ਼ਰੂਰ ਤੁਸੀਂ ਇਹ ਇਤਿਹਾਸ ਬਾਰੇ ਇਹ ਮਹੀਨੇ ਵਿੱਚ ਜ਼ਰੂਰ ਇਤਿਹਾਸ ਦਿਖਾਇਆ ਕਰੋ, ਉਹਨਾਂ ਨੂੰ ਦੱਸਿਆ ਕਰੋ ਵੀ ਆਪਣੇ ਵਾਸਤੇ ਇੰਨਾ ਇੰਨਾ ਕੁਛ ਬੱਚਿਆਂ ਨੇ ਕਰਿਆ। ਦੇਖੋ ਦਾਦੀ ਵੀ ਵਿਚਾਰੀ ਮੁੱਢੀ ਸਰੀਰ ਦੀ ਸੀ, ਕਿਵੇਂ ਦੇਖੋ ਉਹ ਬਾਹਰ ਡਿੱਗੇ, ਕਿ ਉਹਨਾਂ ਨੇ ਡਿੱਗੇ ਕੂਈ ਚੋਲਾ ਆਪਦਾ ਛੱਡਿਆ ਉਹਨਾਂ ਨੇ, ਵੀ ਕਿੰਨਾ ਕੁਛ ਉਹਨਾਂ ਨੇ ਦਸੀਹੇ ਝੱਲੇ ਆਪਣੇ ਵਾਸਤੇ, ਕਿੱਥੇ ਕਿੱਥੇ ਤੱਕ ਉਹ ਗਏ। ਫਿਰ ਦੇਖੋ ਬੇੜੀ ਜਦੋਂ ਉਹਨਾਂ ਤੋਂ ਨਦੀ ਪਾਰ ਨਾ ਹੋਈ, ਦੇਖੋ ਬੇੜੀ ਨਾਲ ਨਦੀ ਪਾਰ ਹੋਈ ਕਰਾਈ ਉਹਨਾਂ ਨੇ, ਫਿਰ ਵੀ ਦੇਖ ਲਓ ਡੋਲੇ ਨਹੀਂ ਜੀ, ਠੰਡੇ ਬੁਰਜ 'ਤੇ ਰੱਖੇ ਠੰਡੀਆਂ ਹਵਾਵਾਂ। ਹੁਣ ਦੇਖੋ ਉਹੀ ਰੁੱਤ 'ਚ ਆ ਕੇ ਆਪਣੇ ਕੋਲ ਕਿੰਨਾ ਆਪਾਂ ਨੂੰ ਠੰਡ ਲੱਗਦੀ ਹੈ, ਕਿੰਨੇ ਦਸੀਹੇ ਆਪਾਂ ਬੱਚਿਆਂ ਦੇ ਕਿੰਨੇ ਕਿੰਨੇ ਕੱਪੜੇ ਪਾਉਂਦੇ ਹਾਂ। ਪਰ ਦਾਦੀ ਨੇ ਦੇਖੋ ਦੋਨੇ ਗੋਡੇ ਨਾਲ ਲਾ ਕੇ ਐਂ ਰੱਖੇ। ਉੱਥੇ ਤੁਸੀਂ ਇੱਕ ਇਹ ਮਹੀਨੇ ਵਿੱਚ ਜ਼ਰੂਰ ਜਾਇਆ ਕਰੋ, ਉੱਥੇ ਜਾ ਕੇ ਐਂ ਆਜ਼ਾਦ ਆਉਂਦੀ ਆ ਵੀ ਹਾਂ ਜੋ ਕੁਛ ਕੀਤਾ ਆਪਣੇ ਵਾਸਤੇ ਇਹਨਾਂ ਨੇ ਕੀਤਾ। ਉਹ ਜੇ ਆਪਾਂ ਵੀ ਬਣੋ ਆਪਣੇ ਬੱਚਿਆਂ ਨੂੰ, ਆਪਾਂ ਸ਼ੁਰੂ ਤੋਂ ਕਹੋ ਵੀ ਬੱਚੋ ਨਸ਼ੇ ਕੰਨੀ ਨਹੀਂ ਝਾਕਣਾ, ਤੁਸੀਂ ਉਹਨਾਂ ਨੂੰ ਗਲਤ ਰਸਤੇ ਬਿਲਕੁਲ ਪੈਣ ਨਾ ਦਿਓ। ਬੱਚਿਆਂ ਨੂੰ ਸਕੂਲ ਵੀ ਭੇਜੋ, ਸਾਰਾ ਕੁਛ ਕਰੋ, ਪਰ ਉਹ ਬੱਚੇ ਆਪਦੇ ਆਪਦੇ ਬੱਚਿਆਂ ਨੂੰ ਐਂ ਦੇਖੋ ਤੁਸੀਂ ਵੀ ਬੱਚਾ ਕਿੱਥੇ ਜਾਂਦਾ ਕਿੱਥੇ ਆਉਂਦਾ, ਐਂ ਸਮਝਾਇਆ ਕਰੋ ਵੀ ਨਾ ਜਿਵੇਂ ਦਾਦੀ ਨੇ ਲਾਲ ਸੀਗੇ
ਚਾਰੇ ਪੋਤਰੇ ਦੇਖੋ ਕਿਵੇਂ ਉਹਨਾਂ ਨੇ ਪਾਲੇ ਸ਼ੌਂਕ ਨਾਲ, ਕਿਵੇਂ ਉਹ ਕਰਿਆ। ਫਿਰ ਦੇਖੋ ਜੰਗ ਵਿੱਚ ਪਿਤਾ ਨੇ ਕਿਵੇਂ ਉਹ ਇਕੱਲਾ ਇਕੱਲਾ ਕਰਕੇ ਤਾਰੇ ਦੋਨੇ ਸ਼ਿੰਗਾਰ ਕੇ ਮੱਥਾ ਚੁੰਮ ਕੇ ਭੇਜੇ ਵੀ ਤੁਸੀਂ ਇਹ ਵੀ ਇਤਿਹਾਸ ਜ਼ਰੂਰ ਦਿਖਾਇਆ ਕਰੋ, ਕਿਉਂ ਟੀਵੀਆਂ 'ਚ ਵੀ ਆਉਂਦੇ ਨੇ ਆਪਣੇ ਰੋਜ਼ ਟੀਵੀ ਚੈਨਲਾਂ 'ਤੇ ਵੀ, ਉਹ ਵੀ ਦਿਖਾਇਆ ਕਰੋ। ਦੇਖ ਕੇ ਬੱਚੇ ਨੂੰ ਐਂ ਹੁੰਦਾ ਵੀ ਹਾਂ ਇਹ ਗੱਲ ਸਹੀ ਆ। ਜਿਹੜੇ ਉੱਥੇ ਇੱਕ ਵਾਰ ਜਾਇਆ ਆ ਬੱਚਾ, ਉਹਨੂੰ ਪ੍ਰੇਰ ਕੇ ਤੋਰੋ ਘਰੋਂ ਵੀ ਤੁਸੀਂ ਜਿਹੜੇ ਵਾਸਤੇ ਵੀ ਜਾਂਦੇ ਹੋ ਉਹੀ ਪੁੱਤਰ ਉੱਥੇ ਕੰਮ ਕਰਕੇ ਆਉਣਾ। ਰੋਡਾਂ 'ਤੇ ਵੀ ਜਾਂਦੇ ਆ ਟਰੈਕਟਰ ਟਰਾਲੀਆਂ ਲੈ ਕੇ, ਉਦੋਂ ਵੀ ਕਹੋ ਵੀ ਆਪਦੀ ਸਮੱਸਿਆ ਨਾ ਬੇਟਾ ਹੌਲੀ ਜਾਵੋ, ਉੱਥੇ ਭਜਾਓ ਨਾ, ਇੱਕ ਦੂਜੇ ਤੋਂ ਤੇਜ਼ ਨਾ ਕਰੋ, ਜਿਵੇਂ ਵੀ ਤੁਸੀਂ ਕਰੋਗੇ ਹੋ ਉਸੇ ਲੋਟੀ ਜਾਓ, ਜਕਾਰੇ ਬੁਲਾਉਂਦੇ ਜਾਓ ਗੁਰੂਆਂ ਦੇ। ਕਿੱਡਾ ਸੋਹਣਾ ਉੱਥੇ ਜਾ ਕੇ ਇਤਿਹਾਸ ਆਉਂਦਾ, ਕਿੰਨਾ ਐਂ ਲੱਗਦਾ ਉੱਥੇ ਜਾ ਕੇ ਤਾਂ ਵੀ ਬਸ ਇੱਥੇ ਆ ਸਭ ਕੁਛ, ਉੱਥੋਂ ਆਉਣ ਨੂੰ ਜਮ੍ਹਾਂ ਦਿਲ ਨਹੀਂ ਕਰਦਾ। ਮੈਂ ਤਾਂ ਇਹੋ ਜਿਹਾ ਦਿਲ ਕਰਦਾ ਹੁੰਦਾ ਵੀ ਮੈਂ ਤਾਂ ਉੱਥੇ 2-4 ਦਿਨ ਰਹਿ ਕੇ ਸੇਵਾ ਕਰਾਂ। ਬਹੁਤ ਮਨ ਐਂ ਉੱਥੇ ਜਾ ਕੇ ਉਦਾਸੀ 'ਚ ਹੁੰਦਾ ਵੀ ਨਾ ਇੱਥੇ ਕੁਛ ਨਹੀਂ ਦੁਨੀਆ 'ਚੋਂ, ਵੀ ਬਸ ਜੋ ਕੁਛ ਉਹ ਕਰ ਗਏ ਉਹੀ ਕਰ ਗਏ। ਦੇਖੋ ਉਹਨਾਂ ਦੀ ਵੀ ਤਾਂ ਨਹੀਂ ਆ ਜਿਹੜੇ ਮੋਤੀ ਮਹਿਰੇ ਨੇ ਵਿਚਾਰੇ ਨੇ, ਕਿੰਨੇ ਦਸੀਹੇ ਚੱਲ ਕੇ ਦੇਖੋ ਉਹਨਾਂ ਨੂੰ, ਦੁੱਧ ਚੋਰੀ ਚੋਰੀ ਦੁੱਧ ਦੇਖੋ ਠੰਡੇ ਬੁਰਜ ਤੋਂ ਪਿੱਛੇ ਦੀ ਆ ਕੇ ਪਿਉਂਦੇ ਰਹੇ ਉਹ, ਪਰ ਉਹ ਵੀ ਡੋਲਿਆ ਨਹੀਂ। ਜ਼ਾਲਮ ਸਰਕਾਰਾਂ ਨੇ ਉਹਦੇ ਵੀ ਉਹ ਨਾ ਕਰਿਆ, ਦੇਖੋ ਉਹਨਾਂ ਦੇ ਇਕੱਲਾ ਇਕੱਲਾ ਕਰਕੇ ਉਹਦੇ ਪੁੱਤਰ ਘਰ ਵਾਲੀ ਧੀਆਂ ਉਹਦੀਆਂ ਸਾਰੀਆਂ ਕੋਹਲੂ 'ਤੇ ਹੀ ਪੀੜੀਆਂ, ਉਹਨਾਂ ਨੇ ਫਿਰ ਵੀ ਦਿਲ ਨਾ ਡਿੱਗਿਆ। ਉਹਨੂੰ ਇਹੀ ਗੱਲ ਕਹੀ ਵੀ ਤੂੰ ਦੁੱਧ ਪਿਆਉਣਾ ਛੱਡ ਦੇ ਮੋਤੀ ਫਹਿਰੇ ਨੂੰ, ਉਹ ਕਹਿੰਦਾ ਵੀ ਨਹੀਂ ਮੈਂ ਦੁੱਧ ਪਿਆਉਣਾ ਨਹੀਂ ਛੱਡਦਾ, ਪੀੜ ਦਿਉ ਸਾਰਿਆਂ ਨੂੰ। ਕਿੱਡੀ ਵੱਡੀ ਦੇਖੋ ਉਹਨੇ ਵਿਚਾਰੇ ਨੇ ਉਹਨਾਂ ਵਾਸਤੇ ਸੋਚਿਆ ਸੀ ਵੀ ਭੁੱਖੇ ਨੇਗੇ ਇਹ, ਇਹਨਾਂ ਨੂੰ ਦੁੱਧ ਪਿਆਈਏ ਆਪਾਂ ਉਹ ਕਰੀਏ, ਪਰ ਇਹ ਆ ਵੀ ਉਹਨਾਂ ਵਾਸਤੇ ਵੀ ਉੱਥੇ ਕੋਈ ਯਾਦਾਂ ਬਣਾਈਆਂ ਜਾਣ, ਉਹਨਾਂ ਦੀ ਯਾਦਗਿਰੀਆਂ ਸਾਰੀਆਂ ਦੇਖਣ ਜਵਾਕ ਜਾ ਕੇ, ਵਧੀਆ ਉੱਥੇ ਉਹ ਕਰਨ। ਸਾਨੀਆਂ ਤੇਰਾ ਕੌਣ ਦੇਊਗਾ ਦੇਣਾ, ਆਪਾਂ ਕੋਈ ਵੀ ਦੇਣਾ ਉਹਨਾਂ ਦਾ ਦੇ ਨਹੀਂ ਸਕਦੇ।